ਤੁਹਾਨੂੰ ਬਾਬਾ ਭੋਲੇਨਾਥ ਜੀ ਦੇ ਮੰਦਿਰ ਦੇ ਦਰਸ਼ਨ ਕਰਾਵਾਂਗੇ, ਜੋ ਕਿ ਬਹੁਤ ਹੀ ਪ੍ਰਾਚੀਨ ਮੰਦਿਰ ਹੈ ਅਤੇ ਹਰਿਆਣਾ ਦੇ ਪੰਚਕੂਲਾ ਦੇ ਵਿੱਚ ਸ਼ਿਵਾਲਿਕ ਹਿਲਸ ਦੇ ਉੱਪਰ ਸਥਿਤ ਹੈ। ਜੰਗਲ ਦੇ ਵਿੱਚ ਇੱਕ ਬਹੁਤ ਹੀ ਆਰਾਮ ਨਾਲ ਬਹੁਤ ਸਵੇਰੇ ਵੀ ਆਰਤੀ ਦੇ ਸਮੇਂ, ਸ਼ਾਮ ਦੀ ਆਰਤੀ ਦੇ ਸਮੇਂ ਵੀ ਇੱਥੇ ਲੋਕ ਇੱਥੇ ਪਹੁੰਚਦੇ ਨੇ। ਤੋ ਲੋਕ ਕਾਵੜ ਲੈ ਕੇ ਆਉਂਦੇ ਦੂਰ ਦੂਰ ਤੋਂ, ਗਊਮੁਖ ਤੋਂ ਆਉਂਦੇ ਨੇ, ਔਰ ਸ਼ਿਵਰਾਤਰੀ ਨੂੰ ਬਹੁਤ ਸੰਖਿਆ 'ਚ ਲੰਗਰ ਲੱਗਦਾ ਹੈ, ਔਰ ਲੋਕ ਆਉਂਦੇ ਨੇ ਔਰ ਬੜੀ ਦੂਰੋਂ ਦੂਰੋਂ ਲੋਕ ਆਉਂਦੇ ਨੇ ਔਰ ਦਰਸ਼ਨ ਕਰਦੇ ਨੇ, ਲੋਕਾਂ ਨੂੰ ਲਾਭ ਮਿਲਦਾ ਹੈ। ਕਿ ਵਿਸ਼ੇਸ਼ਤਾ ਇਹ ਕਿ ਪਹਾੜੀ ਹੀ ਸ਼ਿਵਲਿੰਗ ਸਰੂਪ ਹੈਗੀ ਹੈ, ਮਤਲਬ ਉੱਤਰ ਦੇ ਮੁੱਖ ਮੁੱਲ ਹੈ ਔਰ ਪਹਾੜੀ ਦਾ ਸ਼ੇਪ ਜੋ ਹੈ ਉਹ ਘੱਟਦਾ ਚਲਾ ਜਾਂਦਾ ਉੱਤਰ ਦਿਸ਼ਾ ਵੱਲ। ਮੋਹਾਲੀ ਦੁਆਰੇ ਬੜੀ ਦੂਰ ਦੂਰ ਤੋਂ ਲੋਕ ਹਾਂ ਮੰਦਿਰ ਨੂੰ, ਜਿਸ ਤਰ੍ਹਾਂ ਮਨਸਾ ਦੇਵੀ ਆਉਂਦੇ ਨੇ ਇਸ ਤਰ੍ਹਾਂ ਹੀ ਦੂਰ ਦੂਰ ਤੋਂ ਆਉਂਦੇ ਨੇ, ਕਿ ਕੋਈ ਸੈਕਟਰ ਦਾ ਮੰਦਿਰ ਤਾਂ ਹੈ ਨਹੀਂ, ਬੜੇ ਦੂਰੋਂ ਦੂਰੋਂ ਲੋਕ ਆਉਂਦੇ ਨੇ। ਵਾਯੂ ਆਕਸੀਜਨ ਬਹੁਤ ਅੱਛੀ ਹੈ, ਯਹਾਂ ਕੀ ਵਾਤਾਵਰਣ ਬਹੁਤ ਅੱਛਾ ਹੈ, ਬਿਲਕੁਲ ਧਿਆਨ 'ਚ ਲਗਾਉਣ 'ਚ ਬੜਾ ਆਨੰਦ ਆਉਂਦਾ ਹੈ, ਰਮਣੀਕ ਤਾਂ। ਔਰ ਨਾਮ ਹੀ ਇਹਦਾ ਸ਼ਿਵਾਲਿਕ ਹਿਲਸ ਹੈ, ਸ਼ਿਵ ਜੀ ਕੀ ਪਹਾੜੀਆਂ। आरती मंगल आरती होती है, सुबह में भी होती है, शाम में भी होती है, यहाँ दोनों टाइम आरतियाँ होती हैं और आरती का एक अपना महत्व है। दिन भर लोग भक्त मत्था टेकते हैं, तो हमारी ये फर्ज बनता है कि बाबा की नज़र उतार के ही हम प्रस्थान करें। हर हर महादेव, हर हर महादेव। दर्शको, आज असी तुहानू ਬਾਬਾ ਭੋਲੇਨਾਥ ਜੀ ਦੇ ਮੰਦਿਰ ਦੇ ਦਰਸ਼ਨ ਕਰਾਵਾਂਗੇ, ਜੋ ਕਿ ਬਹੁਤ ਹੀ ਪ੍ਰਾਚੀਨ ਮੰਦਿਰ ਹੈ ਅਤੇ ਹਰਿਆਣਾ ਦੇ ਪੰਚਕੂਲਾ ਦੇ ਵਿੱਚ ਸ਼ਿਵਾਲਿਕ ਹਿਲਸ ਦੇ ਉੱਪਰ ਸਥਿਤ ਹੈ, ਬਣਿਆ ਹੋਇਆ। ਮੇਰੇ ਪਿੱਛੇ ਤਸਵੀਰਾਂ ਦੇ ਵਿੱਚ ਕੈਮਰਾ ਪਰਸਨ ਕਹੂੰਗਾ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰੇ ਜਿੱਥੇ ਉਹ ਮੰਦਿਰ ਬਣਿਆ ਹੋਇਆ, ਤਾਂ ਸਾਹਮਣੇ ਤਸਵੀਰਾਂ ਬਾਖੂਬੀ ਨੇ, ਬਹੁਤ ਹੀ ਸੁੰਦਰ ਨਜ਼ਾਰਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਤਾਂ ਮੰਦਿਰ ਦੇ ਅੰਦਰ ਲਾਈਟਿੰਗ ਜਗ ਰਹੀਆਂ ਨੇ, ਆਰਤੀ ਹੋਏਗੀ, ਆਰਤੀ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ। ਭਗਤ ਜਨ ਲੋਕ ਇਸ ਮੰਦਿਰ ਦੇ ਵਿੱਚ ਮੱਥਾ ਟੇਕਣ ਲਈ ਆਉਂਦੇ ਆ, ਚੰਡੀਗੜ੍ਹ ਹੋਵੇ, ਹਰਿਆਣਾ ਹੋਵੇ, ਪੰਜਾਬ ਹੋਵੇ ਜਾਂ ਨਾਲ ਹਿਮਾਚਲ ਤੋਂ ਲੋਕ ਹੋਣ, ਇਸ ਜਗ੍ਹਾ ਦੇ ਉੱਪਰ ਮੱਥਾ ਟੇਕਣ ਦੇ ਲਈ ਆਉਂਦੇ ਆ। ਅਤੇ ਨਾਲ ਹੀ ਤੁਹਾਨੂੰ ਇਸ ਮੰਦਿਰ ਦੀ ਵਿਸ਼ੇਸ਼ਤਾ ਵੀ ਦੱਸਾਂਗੇ ਕਿ ਇਹ ਮੰਦਿਰ ਕਹਿ ਦਈਏ ਕਿ ਪੁਰਾਣੇ ਸਮੇਂ ਦੇ ਵਿੱਚ ਪਾਂਡਵਾਂ, ਪੰਜ ਪਾਂਡਵਾਂ ਦੇ ਸਮੇਂ ਦਾ ਇਹ ਮੰਦਿਰ ਹੈ ਜੋ ਕਿ ਇੱਥੇ ਸਥਾਪਿਤ ਹੈ। ਕਿ ਪਹਿਲਾਂ ਇਸ ਜਗ੍ਹਾ ਦੇ ਉੱਪਰ ਇੱਕ ਛੋਟੀ ਜਿਹੀ ਝੋਂਪੜੀ ਹੁੰਦੀ ਸੀ, ਜੋ ਲੋਕ ਦੱਸਦੇ ਨੇ ਕਿ ਮੁਨੀ, ਰਿਸ਼ੀ ਮੁਨੀ ਇੱਥੇ ਜਪ ਤਪ ਕਰਦੇ ਹੁੰਦੇ ਸੀ, ਆਪਣੀ ਭਗਤੀ ਕਰਦੇ ਹੁੰਦੇ ਸੀ, ਉਦੋਂ ਤੋਂ ਇਹ ਮੰਦਿਰ ਹੈ। ਲੇਕਿਨ ਪਿਛਲੇ ਸਮੇਂ ਦੇ ਵਿੱਚ ਇਸ ਜਗ੍ਹਾ ਦੇ ਉੱਪਰ ਪ੍ਰਧਾਨ ਜੋ ਫੋਰੈਸਟ ਡਿਪਾਰਟਮੈਂਟ ਦੇ ਵਿੱਚ ਇਹ ਜਗ੍ਹਾ ਆਈ, ਅਤੇ ਕਿਸ ਤਰ੍ਹਾਂ ਇਸ ਜਗ੍ਹਾ ਨੂੰ ਫੋਰੈਸਟ ਡਿਪਾਰਟਮੈਂਟ ਤੋਂ ਛੁਡਵਾਇਆ ਗਿਆ, ਉਸ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ। ਤਾਂ ਇਸ ਸਮੇਂ ਮੈਂ ਮੌਜੂਦ ਹਾਂ ਪ੍ਰਾਚੀਨ ਕੈਲਾਸ਼ਪਤੀ ਮਹਾਦੇਵ ਸ਼ਿਵ ਮੰਦਿਰ ਦੇ ਵਿੱਚ, ਜੋ ਕਿ ਸਕੇਤਰੀ ਪੰਚਕੂਲਾ ਦੇ ਵਿੱਚ ਮੌਜੂਦ ਹੈ। ਅਤੇ ਇਸ ਦੀ ਖਾਸੀਅਤ ਇਹ ਹੈ ਇਸ ਮੰਦਿਰ ਦੀ ਕਿ ਇਹ ਸ਼ਿਵਾਲਿਕ ਹਿਲਸ ਦੇ ਉੱਪਰ ਬਣਿਆ ਹੋਇਆ, ਕਰੀਬ 300 ਤੋਂ 350 ਫੁੱਟ ਦੀ ਉਚਾਈ 'ਤੇ ਇਹ ਮੰਦਿਰ ਬਣਿਆ ਹੋਇਆ। ਅਤੇ ਲੋਕ ਦੂਰੋਂ ਦੂਰੋਂ ਕਹਿ ਦਈਏ ਤਾਂ ਪੰਚਕੂਲਾ ਹਰਿਆਣੇ ਦੇ ਵਿੱਚੋਂ ਜਾਂ ਫਿਰ ਚੰਡੀਗੜ੍ਹ ਜਾਂ ਪੰਜਾਬ ਦੇ ਵਿੱਚੋਂ ਲੋਕ ਇੱਥੇ ਸ਼ਿਵਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਲਈ ਆਉਂਦੇ ਆ। ਅਤੇ ਇਸ ਦੀ ਹੋਰ ਵੀ ਖਾਸੀਅਤ ਹੈ ਕਿ ਇਹ ਮੰਦਿਰ ਪਾਂਡਵਾਂ ਦੇ ਸਮੇਂ ਦਾ, ਜੋ ਪ੍ਰਾਚੀਨ ਮੰਦਿਰ ਉਸ ਤੋਂ ਉਸ ਸਮੇਂ ਦਾ ਮੰਦਿਰ ਹੈ। ਅਤੇ ਇਹ ਸਾਰੇ ਮੰਦਿਰ ਦੀ ਇਤਿਹਾਸ ਬਾਰੇ ਸਾਡੇ ਨਾਲ ਮੰਦਿਰ ਦੇ ਪ੍ਰਧਾਨ
ਰਾਜੇਸ਼ ਵਰਮਾ ਜੀ ਆ, ਉਹਨਾਂ ਨਾਲ ਗੱਲਬਾਤ ਕਰਾਂਗੇ। ਰਾਜੇਸ਼ ਜੀ, ਪਹਿਲਾਂ ਤਾਂ ਲਿਵਿੰਗ ਇੰਡੀਆ 'ਤੇ ਬਹੁਤ ਬਹੁਤ ਸਵਾਗਤ ਹੈ। ਇਸ ਮੰਦਰ ਦੀ ਜੋ ਪ੍ਰਾਚੀਨਤਾ ਹੈ, ਇਤਿਹਾਸ ਆ, ਉਸਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਨਾ ਪਊ। ਐਸਾ ਕਿ ਹਾਂ, ਪੁਰਾਣੇ ਗੁਰੂ ਜੀ ਮਹਾਰਾਜ ਸਾਡੇ ਮੁਨੀ ਬਾਬਾ ਤਪੱਸਿਆ ਕਰਦੇ ਥੇ, ਔਰ ਇਹ ਯੂਟੀ ਫੋਰੈਸਟ ਦੇ ਅੰਦਰ ਏਰੀਆ ਪੈਂਦਾ ਜੀ। ਯੂਟੀ ਫੋਰੈਸਟ? ਹਾਂ, ਅਤੇ ਇਹ ਨਾ ਰਿਜ਼ਰਵ ਏਰੀਆ ਸੀ, ਤਾਂ ਉਹ ਪਬਲਿਕ ਨੂੰ ਨਹੀਂ ਆਉਣ ਦਿੰਦੇ ਸਨ ਇੱਥੇ, ਅਤੇ ਉੱਥੇ ਸਾਧੂ ਸੰਤ ਮਹਾਤਮਾ ਪੂਜਾ ਕਰਦੇ ਹੁੰਦੇ ਸੀ। ਤਾਂ ਅਸੀਂ ਵੀ ਇੱਥੇ 93 ਦੇ ਵਿੱਚ ਦਿਨ ਸੋਮਵਾਰ ਸੀ, ਔਰ ਵੱਡੀ ਪੂਰਨਮਾਸੀ ਸੀ ਦਿਨ, ਔਰ ਉਸ ਦਿਨ ਫਿਰ ਸਾਨੂੰ ਬਾਬਾ ਜੀ ਦੇ ਨਾਲ ਮੇਲ ਮਿਲਾਪ ਹੋਇਆ, ਤਾਂ ਉਹਨਾਂ ਨੇ ਕਿਹਾ ਵੀ ਇਸ ਸਥਾਨ ਦੇ ਬਾਰੇ 'ਚ ਤੁਸੀਂ ਥੋੜ੍ਹਾ ਸਾ ਸਾਡੇ ਨਾਲ ਲੱਗੋ, ਤਾਂ ਇਸ ਨੂੰ ਅੱਗੇ ਬੜਾਓ। ਤਾਂ ਇਸ ਤੋਂ ਬਾਅਦ ਅਸੀਂ ਸਾਰਾ ਦੇਖਿਆ ਕਰਿਆ ਸਾਰਾ, ਫਿਰ ਜਾਣਕਾਰੀ ਲਈ ਕਿ ਬਈ ਜੰਗਲ ਵਾਲੇ ਬਹੁਤ ਤੰਗ ਕਰਦੇ ਸਨ, ਤਾਂ ਫਿਰ ਅਸੀਂ ਸਾਰਾ ਇਹਦਾ ਰਿਕਾਰਡ ਕੱਢਿਆ। ਤਾਂ ਸਾਨੂੰ ਫਿਰ ਉਦੋਂ ਅੰਬਾਲੇ ਤੋਂ 1617 ਸਨ ਦੀ ਫਰਦ ਨਿਕਲੀ। ਇੰਨੀ ਪੁਰਾਣੀ 1617 ਈਸਵੀ ਦੀ ਕਹਿ ਸਕਦੇ, 1617 ਈਸਵੀ ਦੀ ਬਹੁਤ ਪੁਰਾਣੀ ਫਰਦ। ਇਸ ਤੋਂ ਪਹਿਲੇ ਦਾ ਮੰਦਿਰ ਹੈ ਪਾਂਡਵਾਂ ਦੇ ਸਮੇਂ ਦਾ। ਤਾਂ ਫਿਰ ਇਸਕੇ ਬਾਅਦ ਹੋਇਆ, ਅਸੀਂ ਕੋਰਟ 'ਤੇ ਸਾਰੇ ਕਾਗਜ਼ ਲਾ ਕੇ ਫਿਰ ਦਿੱਤਾ, ਤਾਂ ਸਾਨੂੰ ਜੋ ਹੈ ਲੋਅਰ 'ਚ ਅਸੀਂ ਜਿੱਤੇ ਹਾਂ, ਫਿਰ ਸੈਸ਼ਨ 'ਚ, ਫਿਰ ਹਾਈ ਕੋਰਟ 'ਚ ਸਾਨੂੰ ਹੁਣ ਪਰਮਾਨੈਂਟ ਇੰਜੈਕਸ਼ਨ ਹੈ, ਡਿਗਰੀ ਹੋ ਗਈ ਹੈ ਕਿ ਹਾਂ ਕਿਸੇ ਵੀ ਭਗਤ ਨੂੰ ਰੋਕਿਆ ਨਹੀਂ ਜਾਏਗਾ, ਕੋਈ ਵੀ ਮੱਥਾ ਨਹੀਂ। ਤਾਂ ਲੋਕ ਕਾਵੜ ਲੈ ਕੇ ਆਉਂਦੇ ਦੂਰ ਦੂਰ ਤੋਂ, ਗਊਮੁਖ ਤੋਂ ਆਉਂਦੇ ਨੇ, ਔਰ ਸ਼ਿਵਰਾਤਰੀ ਮੈਂ ਬਹੁਤ ਸੰਖਿਆ 'ਚ ਲੰਗਰ ਲੱਗਦਾ ਹੈ, ਔਰ ਲੋਕ ਆਉਂਦੇ ਨੇ, ਔਰ ਬੜੀ ਦੂਰੋਂ ਦੂਰੋਂ ਲੋਕ ਆਉਂਦੇ ਨੇ ਔਰ ਦਰਸ਼ਨ ਕਰਦੇ ਨੇ, ਲੋਕਾਂ ਨੂੰ ਲਾਭ ਮਿਲਦਾ ਹੈ ਜੀ। ਇਸਕੀ ਵਿਸ਼ੇਸ਼ਤਾ ਇਹ ਕਿ ਪਹਾੜੀ ਹੀ ਸ਼ਿਵਲਿੰਗ ਸਰੂਪ ਹੈਗੀ ਹੈ, ਮਤਲਬ ਉੱਤਰ ਦੇ ਮੁੱਖ ਮੁੱਲ ਹੈ, ਔਰ ਪਹਾੜੀ ਦਾ ਸ਼ੇਪ ਜੋ ਹੈ ਉਹ ਘਟਦਾ ਚਲਾ ਜਾਂਦਾ ਉੱਤਰ ਦਿਸ਼ਾ ਵੱਲ, ਪਹਾੜੀ ਦਾ ਆਕਾਰ ਉਹਨਾਂ ਨੇ ਲਿਆ ਹੋਇਆ। ਔਰ ਇੱਥੇ ਬਹੁਤ ਹੀ ਸ਼ੁੱਧ ਹਵਾ ਔਰ ਬਹੁਤ ਹੀ ਰਮਣੀਕ ਸਥਾਨ, ਧਿਆਨ ਲਗਾਉਣ ਵਾਸਤੇ ਬਹੁਤ ਅੱਛਾ ਸਥਾਨ ਹੈ। ਔਰ ਇਹ ਹੈ ਕਿ ਚਲੋ ਹਮ ਸਾਨੂੰ ਪਰਮ ਇਹ ਹੋ ਗਈ ਹੈ ਸਟੇ, ਔਰ ਡਿਗਰੀ ਹੋ ਗਈ ਹੈ, ਸਾਨੂੰ ਕੋਈ ਦਿੱਕਤ ਨਹੀਂ, ਔਰ ਕਾਫੀ ਲੋਕ ਕਾਫੀ ਮੁਸ਼ਕਤ ਕੀਤੀ ਇਸ ਮੰਦਰ ਨੂੰ ਤੁਸੀਂ ਖੋਲਣ, ਕਹਿ ਦਈਏ ਵੀ ਆਜ਼ਾਦ ਕਰਨ ਦੇ ਲਈ ਬਹੁਤ ਮੁਸ਼ਕਤ ਕੀਤੀ, ਔਰ ਸਾਨੂੰ ਇਹ ਹੈ ਕਿ ਸਾਨੂੰ ਰਿਕਾਰਡ ਮਿਲ ਗਏ ਪੁਰਾਣੇ, ਤਾਂ ਸਾਨੂੰ ਵਿਜੇ ਹੋਈ, ਔਰ ਅਸੀਂ ਹੁਣ ਅੱਛੇ ਤਰੀਕੇ ਸਾਨੂੰ ਇਹਨੂੰ ਸਾਰਾ ਚਲਾ ਰਹੇ ਹਾਂ, ਔਰ ਨੀਚੇ ਵੀ ਸਾਡੇ ਕੋਲ ਬੜੀ ਜਗ੍ਹਾ ਹੈ, ਲੰਗਰ ਲੱਗਦੇ ਨੇ ਨੀਚੇ ਵੀ, ਅਤੇ ਇਹ ਸਿਰਫ ਪਹਾੜੀ 'ਚ ਉੱਪਰ 300 ਫੁੱਟ ਦੇ ਉੱਪਰ ਆ ਕੇ ਲੋਕ ਸਿਰਫ ਭੋਲੇਨਾਥ ਦੇ ਦਰਸ਼ਨ ਲੋਕ ਕਰਨ ਆਉਂਦੇ। ਭੋਲੇਨਾਥ ਦੇ ਦਰਸ਼ਨ ਕਰਨ ਆਉਂਦੇ ਲੋਕ ਦੂਰੋਂ ਦੂਰੋਂ ਆਉਂਦੇ ਇੱਥੇ ਦਰਸ਼ਨ ਕਰਨ ਵਾਸਤੇ, ਕਾਵੜ ਦੇ ਤੁਸੀਂ ਕਹਿੰਦੇ ਹੋ, ਕਾਵੜ ਹਾਂ, ਗਊਮੁਖ ਤੋਂ ਲੈ ਕੇ ਆਉਂਦੇ ਨੇ, ਹਰਿਦੁਆਰ ਤੋਂ ਲੈ ਕੇ ਆਉਂਦੇ ਨੇ, ਔਰ ਬੜੀ ਦੂਰ ਦੂਰ ਤੋਂ ਬੱਸਾਂ ਲੈ ਕੇ ਆਉਂਦੇ ਆ, ਕਦੀ ਲੁਧਿਆਣੇ ਤੋਂ ਆ ਰਹੇ, ਕਦੀ ਮੋਹਾਲੀ ਤੋਂ ਆ ਰਹੇ, ਬੜੀ ਦੂਰ ਦੂਰ ਤੋਂ ਲੋਕ ਇਹਾਂ ਮੰਦਿਰ ਨੂੰ ਜਿਸ ਤਰ੍ਹਾਂ ਮਨਸਾ ਦੇ ਵੀ ਆਉਂਦੇ ਨੇ, ਇਸ ਤਰ੍ਹਾਂ ਹੀ ਇਹਨੂੰ ਦੂਰ ਦੂਰ ਤੋਂ ਆਉਂਦੇ ਨੇ। ਇਹ ਕੋਈ ਸੈਕਟਰ ਦਾ ਮੰਦਿਰ ਤਾਂ ਹੈ ਨਹੀਂ, ਬੜੀ ਦੂਰੋਂ ਦੂਰੋਂ ਲੋਕ ਆਉਂਦੇ ਨੇ, ਔਰ ਕਾਫੀ ਨੈੱਟ ਦੇ ਵਿੱਚ ਵੀ ਸਾਰਾ ਗੂਗਲ ਲੋਕਾਂ ਦੀ ਸ਼ਰਧਾ ਬਹੁਤ ਆ, ਹਾਂ, ਸਰਚ ਕਰਕੇ ਲੋਕ ਆਉਂਦੇ ਨੇ ਕਿ ਬਈ ਇਤਨਾ ਜਗ੍ਹਾ ਐਸਾ ਹੈ, ਉਸਨੇ ਸਾਰਾ ਗੂਗਲ 'ਚ ਵੀ ਸਾਡਾ ਹੈ, ਉਹਦੇ 'ਚ ਲੋਕ ਸਰਚ ਕਰਕੇ ਆਉਂਦੇ ਨਾ, ਲੋਕਾਂ ਨੂੰ ਲਾਭ ਮਿਲਦਾ ਬੜੇ, ਔਰ ਇੱਕ ਤਾਂ ਆਉਂਦੇ ਆਉਂਦੇ ਐਕਸਰਸਾਈਜ਼ ਬਹੁਤ, ਉੱਥੋਂ ਵਾਯੂ ਆਕਸੀਜਨ ਬਹੁਤ ਅੱਛੀ ਹੈ, ਯਹਾਂ ਕੀ ਵਾਤਾਵਰਨ ਬਹੁਤ ਅੱਛਾ ਹੈ, ਔਰ ਧਿਆਨ 'ਚ ਲਗਾਉਣ 'ਚ ਬੜਾ ਆਨੰਦ ਆਉਂਦਾ ਹੈ, ਰਮਣੀਕ ਤਾਂ ਨਾ, ਔਰ ਨਾਮ ਹੀ ਇਨਕਾ ਸ਼ਿਵਾਲਿਕ ਹਿਲਸ ਹੈ, ਸ਼ਿਵ ਜੀ ਕੀ ਪਹਾੜੀਆਂ, ਠੀਕ ਹੈ ਨਾ, ਸ਼ਿਵਾਲਿਕ ਹਿਲ, ਔਰ ਵੀ ਇਹ ਹੈ ਤਾਂ ਇਹ ਹਰਿਆਣੇ 'ਚ, ਲੇਕਿਨ ਇਹ ਯੂਟੀ ਕੇ ਅੰਡਰ ਪੇ ਹੈ, ਯੂਟੀ ਫੋਰੈਸਟ 'ਚ ਏਰੀਆ ਆਉਂਦਾ ਹੈ, ਯੂਟੀ ਚੰਡੀਗੜ੍ਹ ਦੇ ਅੰਡਰ, ਚੰਡੀਗੜ੍ਹ ਫੋਰੈਸਟ ਡਿਪਾਰਟਮੈਂਟ ਦੇ। ਲੰਮਾ ਸਮਾਂ ਸੰਘਰਸ਼ ਕੀਤਾ, ਲੰਬਾ ਸੰਘਰਸ਼ ਕਰਨ ਲਈ ਇਸ ਮੰਦਿਰ ਨੂੰ ਆਜ਼ਾਦ ਪੂਰਾ, ਅਸੀਂ ਬਹੁਤ ਲੰਬਾ ਸੰਘਰਸ਼ ਕੀਤਾ, ਕਾਫੀ ਪਰੇਸ਼ਾਨੀਆਂ ਕਰਦੇ ਸਨ, ਕਈ ਖਾਈ ਖੋਦ ਦਿੰਦੇ ਸਨ, ਕਈ ਆਣ ਨਹੀਂ ਦਿੰਦੇ ਸਨ, ਤੰਗ ਕਰਦੇ ਸਨ। ਕਹਿੰਦੇ ਭਗਵਾਨ ਦੇ ਦਰਸ਼ਨ ਨੂੰ ਤਾਂ ਕੋਈ ਵੀ ਨਹੀਂ ਰੋ ਸਕਦਾ, ਲੇਕਿਨ ਇਹਨਾਂ ਵੱਲੋਂ ਜਿਹੜਾ ਵੱਲੋਂ ਥੋੜ੍ਹਾ ਦਿੱਕਤ ਸੀ, ਬਾਬੇ ਉਹ ਕਹਿੰਦੇ ਸਨ ਟੁੱਟ, ਬਾਬੇ ਤੋਂ ਚਲੋ ਕਰੀ ਜਾਂਦੇ ਸਨ, ਪਹੁੰਚਾ ਪਬਲਿਕ ਨੂੰ ਨਹੀਂ ਆਉਣ ਦਿੰਦੇ ਸਨ, ਤਾਂ ਅਸੀਂ ਵੀ ਪਹਿਲੇ ਇੱਥੇ ਹੀ ਆਉਂਦੇ ਰਹਿੰਦੇ ਸਨ, ਕਹਿੰਦੇ ਪਬਲਿਕ ਨਹੀਂ ਆਉਣੀ ਜੀ, ਫਿਰ ਅਸੀਂ ਪਬਲਿਕ, ਅਸੀਂ ਸੋਚਿਆ ਕਿ ਪਬਲਿਕ ਉਸ 'ਤੇ ਖੁਲਾਈਏ, ਉਹ ਅਸੀਂ ਫਿਰ ਉਹ ਕੋਰਟ ਕੇ ਸਾਰੇ ਖੁਲਾਇਆ ਕਿ ਤਾਂ ਕਿ ਪਬਲਿਕ ਨੂੰ ਨਾ ਰੋਕਣ ਇੱਥੇ ਆਉਣ ਵਾਸਤੇ। ਬਿਲਕੁਲ, ਇਸ ਤਪਸੇ ਬੜੇ ਬਹੁਤ ਮਾਨਤਾ ਮੰਨੀ ਜਾਂਦੀ ਹੈ ਇਸ ਮੰਦਿਰ ਦੀ, ਔਰ
ਬੜੇ ਲੋਕ ਆਉਂਦੇ, ਬੜੇ ਦੂਰੋਂ ਦੂਰੋਂ ਆਉਂਦੇ ਨੇ ਔਰ ਬਹੁਤ ਅੱਛਾ ਸਥਾਨ ਹੈ ਔਰ ਦਿਲ ਲੱਗਦਾ ਲੋਕਾਂ ਕੋਲ, ਰਮਣੀਕ ਸਥਾਨ ਬਿਲਕੁਲ। ਹਾਂ, ਪਹਾੜੀਆਂ ਵਾਦੀਆਂ ਯਹਾਂ ਸੇ ਮਨਸਾ ਦੇਵੀ ਜੀ ਕੇ ਵੀ ਦਰਸ਼ਨ ਹੁੰਦੇ, ਬੈਠੇ ਬੈਠੇ ਇੱਥੋਂ ਮਨਸਾ ਦੇਵੀ ਦਰਸ਼ਨ ਕਰ ਲਓ, ਸਾਰਾ ਚੰਡੀਗੜ੍ਹ ਝੀਲ ਦੇ ਦਰਸ਼ਨ ਹੁੰਦੇ ਨੇ ਔਰ ਸਾਰਾ ਨਜ਼ਾਰਾ ਯਹਾਂ ਚੰਡੀਗੜ੍ਹ ਦਾ ਵੀ ਦਿਖਦਾ। ਬਿਲਕੁਲ, ਚੰਡੀਗੜ੍ਹ ਦਾ ਸਭ ਤੋਂ ਮਤਲਬ ਹਾਈਟ 'ਚ ਮੰਦਿਰ ਹੈ ਔਰ ਜੰਗਲ ਦੇ ਵਿੱਚ ਬਹੁਤ ਹੀ ਆਨੰਦਮਈ ਰਮਣੀਕ ਸਥਾਨ। ਬਿਲਕੁਲ, ਜੰਗਲ ਦੇ ਵਿੱਚ ਇੱਕ ਬਹੁਤ ਹੀ ਸੋਹਣੀ ਜਗ੍ਹਾ 'ਤੇ ਇਹ ਮੰਦਰ ਬਣਿਆ ਹੋਇਆ। ਜੇ ਕਹਿ ਦਈਏ ਮੰਦਰ ਦੀ ਕਿਲੋਮੀਟਰਾਂ ਦੇ ਵਿੱਚ ਗੱਲ ਕੀਤੀ ਤਾਂ ਕਰੀਬ 900 ਮੀਟਰ ਇਸ ਮੰਦਰ ਦੀ ਚੜ੍ਹਾਈ ਹੈ ਅਤੇ 1 ਕਿਲੋਮੀਟਰ ਤੋਂ ਵੀ 100 ਮੀਟਰ ਘੱਟ ਹੈ ਜੇ ਮੰਦਰ ਦੀ ਗੱਲ ਕਰੀਏ ਤਾਂ ਚੜ੍ਹਾਈ ਹੈ। ਤਾਂ ਆਰਾਮ ਨਾਲ ਬਹੁਤ ਲੋਕ ਸਵੇਰੇ ਵੀ ਆਰਤੀ ਦੇ ਸਮੇਂ, ਸ਼ਾਮ ਦੀ ਆਰਤੀ ਦੇ ਸਮੇਂ ਵੀ ਇੱਥੇ ਲੋਕ ਇੱਥੇ ਪਹੁੰਚਦੇ ਨੇ ਅਤੇ ਲੋਕ ਆਪਣੀਆਂ ਮਨੋਕਾਮਨਾਵਾਂ ਭਗਵਾਨ ਸ਼ਿਵ ਕੋਲ ਲੈ ਕੇ ਆਉਂਦੇ ਨੇ ਅਤੇ ਉਹ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਨੇ। ਨਾਲ ਹੀ ਜੇ ਮੇਰੇ ਪਿੱਛੇ ਦੀਆਂ ਤਸਵੀਰਾਂ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਹਨੇਰਾ ਹੋ ਚੁੱਕਿਆ, ਲੇਕਿਨ ਫਿਰ ਵੀ ਜੋ ਪਿੱਛੇ ਵੱਡੀਆਂ ਪਹਾੜੀਆਂ ਨੇ, ਜੰਗਲ ਬਣਿਆ ਹੋਇਆ, ਪੁਰਾਣੇ ਸਮੇਂ ਦੇ ਵਿੱਚ ਰਿਸ਼ੀ ਮੁਨੀ ਜੋ ਇੱਥੇ ਤਪ ਕਰਦੇ ਹੁੰਦੇ ਸੀ। ਇੱਥੇ 12 ਸਿੰਘਾਂ, ਨੀਲ ਗਾਂ, ਮੋਰ ਬਹੁਤ ਬਹੁਤ ਕਹਿ ਦਈਏ ਵੀ ਇੱਥੇ ਮੋਰ ਚਹਿਕ ਆਉਂਦੇ ਨੇ ਜੀ, ਚਹਿਕ ਆਵਾਜ਼ ਆਉਂਦੀ, ਹੁਣ ਵੀ ਮੋਰਾਂ ਦੀ ਆਵਾਜ਼ ਸੁਣ ਰਹੀ ਸੀ, ਬਹੁਤ ਸੋਹਣੀ ਆਵਾਜ਼ ਹੁੰਦੀ ਹੈ ਅਤੇ ਸਵੇਰ ਦਾ ਨਜ਼ਾਰਾ ਕੁਛ ਵੱਖਰਾ ਹੀ ਹੁੰਦਾ ਅਤੇ ਤਸਵੀਰਾਂ ਬਖੂਬੀ ਨੇ ਕਿ ਮਨਸਾ ਦੇਵੀ ਦੇ ਵੀ ਦਰਸ਼ਨ ਹੁੰਦੇ ਤੁਹਾਨੂੰ ਦਿਖਾ। ਦੂਸਰੀ ਤਰਫ ਕਹਿੰਦੇ ਨੇ ਮਾਤਾ ਮਨਸਾ ਦੇਵੀ ਦੇ ਜੋ ਮੰਦਰ ਆ ਉਹਨਾਂ ਦੇ ਵੀ ਦਰਸ਼ਨ ਹੁੰਦੇ ਆ। ਤਾਂ ਸਾਹਮਣੇ ਤਸਵੀਰਾਂ ਦੇ ਵਿੱਚ ਤੁਸੀਂ ਮੰਦਰ ਦੇ ਪੁਜਾਰੀ ਦੇਖ ਸਕਦੇ ਹੋ, ਇਸ ਜਗ੍ਹਾ ਦੇ ਉੱਪਰ ਜੋ ਪੂਜਾ ਕਰਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪੰਡਿਤ ਜੀ ਕਿਆ ਕਹਿਣਾ ਚਾਹੇਂਗੇ, ਆਪ ਆਰਤੀ ਕਰਦੇ ਹਾਂ ਜੀ, ਬੋਲੋ। ਆਰਤੀ, ਮੰਗਲ ਆਰਤੀ ਹੋਤੀ ਹੈ, ਸੁਬਹ ਮੇਂ ਵੀ ਹੋਤੀ ਹੈ, ਸ਼ਾਮ ਮੇਂ ਵੀ ਹੋਤੀ ਹੈ, ਯਹਾਂ ਦੋਨੋਂ ਟਾਈਮ ਆਰਤੀਆਂ ਹੋਤੀ ਹੈਂ। ਔਰ ਆਰਤੀ ਕਾ ਇੱਕ ਆਪਣਾ ਮਹੱਤਵ ਹੈ, ਦਿਨ ਭਰ ਲੋਕ ਭਕਤ ਮੱਥਾ ਟੇਕਦੇ ਹੈ, ਤੋ ਹਮਾਰੀ ਇਹ ਫਰਜ਼ ਬਣਤਾ ਕਿ ਬਾਬਾ ਕੀ ਨਜ਼ਰ ਉਤਾਰ ਕੇ ਹੀ ਹਮ ਜੀ ਜੀ ਪ੍ਰਸਥਾਨ ਕਰੇ ਜੀ। ਬਿਲਕੁਲ, ਔਰ ਸ਼ਾਮ ਕੋ ਇਹ ਮੰਦਿਰ ਖੁੱਲ੍ਹਾ ਰਹਿਤਾ, ਸ਼ਾਮ ਤੱਕ 8-9 ਵਜੇ ਤੱਕ, 8-9 ਵਜੇ ਤੱਕ ਮੰਦਿਰ ਖੁੱਲ੍ਹਾ ਰਹਿਤਾ। ਲੋਕ ਯਹਾਂ ਪਰ ਦੂਰ ਦੂਰ ਸੇ ਬਹੁਤ ਦੂਰ ਦੂਰ ਸੇ ਸਾਵਨ ਮੇਂ ਤੀਨ ਬਹੁਤ ਦੂਰ ਤੀਨ ਟਾਈਮ ਰੁਦਰਾਭਿਸ਼ੇਕ ਹੋਤਾ ਹੈ, ਸਾਵਨ ਮੇਂ ਤੀਨ ਟਾਈਮ ਰੁਦਰਾਭਿਸ਼ੇਕ ਪਰਮਾਨੈਂਟ ਚਲਤਾ, ਪੂਰੇ ਮਹੀਨੇ ਲੋਕ ਚਲਤੇ ਰਹਤੇ ਹੈ, ਪੂਰੇ ਮਹੀਨੇ ਚਲਤਾ ਹੈ ਔਰ ਸ਼ਿੰਗਾਰ ਹੋਤਾ ਹੈ ਬੜੀਆ ਸੁੰਦਰ, ਹਰ ਸੋਮਵਾਰ, ਇਤਵਾਰ, ਸੋਮਵਾਰ, ਸਾਵਨ ਪੂਰੇ ਸਾਵਨ ਲੰਗਰ ਚਲਤਾ ਹੈ, ਮਤਲਬ ਹਰ ਇਤਵਾਰ ਸੋਮਵਾਰ ਮੇਂ, ਤੋ ਸਾਰੀ ਵਿਵਸਥਾਏ ਹੈ, ਵੈਸੇ ਕੋਈ ਦਿੱਕਤ। 22 ਤਰੀਕ ਸੇ ਸਾਵਨ ਸ਼ੁਰੂ ਹੋਤਾ ਹੈ ਹਮਾਰਾ, 22 ਤਰੀਕ ਸੇ ਸਾਵਨ ਸ਼ੁਰੂ ਹੋਤਾ ਹੈ, 2 ਤਰੀਕ ਕੀ ਹਮਾਰੀ ਸ਼ਰਾਵਣ ਕੀ ਸ਼ਿਵਰਾਤਰੀ ਪੜਤੀ ਹੈ, 19 ਤਰੀਕ ਤੱਕ ਹਮਾਰਾ ਸਾਵਨ ਕਾ ਮਹੀਨਾ ਚਲੇਗਾ। ਇਸੀ ਮੇਂ ਕਾਵੜ ਯਾਤਰਾ ਵੀ ਕਾਫੀ ਕਾਵੜ ਹੀ ਆਤੇ ਹੈ, ਭਗਤ ਜਨ ਯਹਾਂ ਪੇ ਕਾਫੀ ਦੂਰ ਦੂਰ ਸੇ ਕਾਵੜ ਕਾ ਜਲ ਲੈ ਕਰਕੇ ਆਏਗੇ, ਯਹਾਂ ਪੇ ਭੋਲੇ ਬਾਬਾ ਕੇ ਉੱਪਰ ਅਰਪਣ ਕਰਤੇ ਹੈ ਜਲ, ਲੋਕੋਂ ਕੀ ਮਨੋਕਾਮਨਾ, ਭਗਤੋਂ ਕੀ ਮਨੋਕਾਮਨਾ ਯਹਾਂ ਸੇ ਕਾਫੀ ਪੂਰਨ ਹੋਤੀ ਹੈ। ਬਿਲਕੁਲ, ਸੋ ਇਸ ਮੰਦਰ ਦੇ ਵਿੱਚ ਜੋ ਵੀ ਲੋਕ ਆਉਂਦੇ ਨੇ ਨੇੜਿਓਂ ਦੂਰਿਓਂ ਉਹਨਾਂ ਦੀ ਮਨੋਕਾਮਨਾਵਾਂ ਭਗਵਾਨ ਜੀ ਪੂਰੀਆਂ ਕਰਦੇ ਨੇ। ਲੇਕਿਨ ਤੁਹਾਨੂੰ ਇੱਕ ਤਸਵੀਰ ਦੂਸਰੇ ਪਾਸੇ ਦੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ, ਇਹ ਸਾਰਾ ਝੀਲ ਚੰਡੀਗੜ੍ਹ ਦਾ ਏਰੀਆ, ਇਹ ਸਾਹਮਣੇ ਦੇ ਬਿਲਕੁਲ ਜਿਸ ਤਰ੍ਹਾਂ ਰਾਜੇਸ਼ ਜੀ ਦੱਸ ਰਹੇ ਨੇ ਕਿ ਸਾਹਮਣੇ ਦਾ ਏਰੀਆ ਚੰਡੀਗੜ੍ਹ ਦਾ ਏਰੀਆ ਹੈ, ਅਤੇ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਹਰਿਆਣੇ ਦਾ ਮਨਸਾ ਦੇਵੀ ਮੰਦਰ ਖੇਤਰ, ਉਧਰੋਂ ਪੂਰਾ ਗੁੰਮਤ ਦਿਖਦਾ ਨੀਚੇ ਉਤਰ ਕੇ ਨਾ, ਸਾਹਮਣੇ ਤੁਹਾਨੂੰ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਬਿਲਕੁਲ ਅਲੌਕਿਕ ਨਜ਼ਾਰਾ ਇੱਕ ਦੇਖਣ ਨੂੰ ਹੀ ਬਣਦਾ, ਤਸਵੀਰ ਤਾਂ ਬਹੁਤ ਖੂਬਸੂਰਤ ਹੈ। ਕਹਿੰਦੇ ਭਗਵਾਨ ਦੇ ਦਰਸ਼ਨ ਰੱਬ ਦੇ ਦਰਸ਼ਨ ਹੁੰਦੇ ਨੇ, ਅਤੇ ਰੱਬ ਦੇ ਘਰ ਦੇ ਵਿੱਚ ਖੜ੍ਹੇ ਹਾਂ ਤਾਂ ਉਹ ਜਿੱਥੋਂ ਗੁੰਮਤ ਦਿਖ ਰਿਹਾ, ਲਾਈਟਾਂ ਦਿਖ ਰਹੀਆਂ ਮਨਸਾ ਦੇਵੀ ਮਾਤਾ ਦੇ, ਉਹ ਆਪਕੋ ਗੁੰਮਤ ਦਿਖ ਰਹੀ ਲਾਈਟਾਂ ਦਿਖ ਰਹੀ, ਬਿਲਕੁਲ ਅਭੀ ਅਭੀ ਥੋੜ੍ਹੇ ਥੋੜ੍ਹੇ ਜਗਮਗ ਦੇਖਣਾ ਜੀ ਜੀ, ਇਹ ਵੀ ਨਾ ਇਹ ਜੀ ਜੀ ਇਹ ਫੋਕਸ ਮਾਰ ਲਓ ਮਨਸਾ ਦੇਵੀ ਦੇ, ਉਹ ਦੇਖੋ ਰੈੱਡ ਬਾਤ ਹੈ ਇੱਥੋਂ, ਕਹਿੰਦੇ ਫਿਲਹਾਲ
ਮੰਦਿਰ ਦੇ ਅੰਦਰ ਦਾ ਦਰਸ਼ਨ ਤਾਂ ਨਹੀਂ, ਲੇਕਿਨ ਉਹਦੇ ਜਗ੍ਹਾ ਦੇ ਜੋ ਗੁੰਮਦ ਆ ਉਸਦੇ ਦਰਸ਼ਨ ਵੀ ਤੁਹਾਨੂੰ ਮਨਸਾ ਦੇ ਪਟਿਆਲੇ ਵਾਲੇ ਰਾਜਾ ਜੀ ਇੱਥੋਂ ਦੂਰਬੀਨ ਨਾਲ ਦਰਸ਼ਨ ਕਰਦੇ ਹੁੰਦੇ ਸਨ ਮਨਸਾ ਦੇਵੀ ਦੇ ਜੀ। ਪਟਿਆਲੇ ਵਾਲੇ ਰਾਜਾ ਆਪਣੇ ਦੂਰਬੀਨ ਤੋਂ ਦਰਸ਼ਨ ਕਰਦੇ ਸਨ, ਇੱਥੋਂ ਵੀ ਦਰਸ਼ਨ ਪਟਿਆਲੇ ਵਾਲੇ ਮਨਸਾ ਦੇਵੀ ਮਾਤਾ ਮੰਦਰ ਦੇ ਦਰਸ਼ਨ ਹੁੰਦੇ ਨੇ। ਬਿਲਕੁਲ, ਜੋ ਕਿ ਇੱਕ ਬਹੁਤ ਆਨੰਦਮਈ ਨਜ਼ਾਰਾ ਹੈ। ਠੀਕ ਹੈ ਨਾ, ਇੱਕ ਆਨੰਦਮਈ ਨਜ਼ਾਰਾ ਹੈ। ਸੋ ਕੈਮਰਾ ਪਰਸਨ ਨਿਤਿਨ ਕੁਮਾਰ ਦੇ ਨਾਲ ਅਸ਼ਫਾਕ ਟੁੱਡੀ, ਲਿਵਿੰਗ ਇੰਡੀਆ ਨਿਊਜ਼, ਕੇਤਰੀ, ਪੰਚਕੂਲਾ।